ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਆਪਾਂ ਨਵੀਂ ਇੱਕ ਸੀਰੀਜ਼ ਜਿਹੜੀ ਤੁਸੀਂ ਕਹਿ ਲਓ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਕੀ ਕੁਛ ਹੋ ਰਿਹਾ ਸਿੱਖ ਪੰਥ ਦੇ ਵਿੱਚ, ਕਿਵੇਂ ਇੱਕ ਅਲੱਗ ਦਿਸ਼ਾ ਦੇ ਵਿੱਚ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਨੂੰ, ਚਾਹੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋਵੇ, ਚਾਹੇ ਕਿਤਾਬਾਂ ਦੇ ਰਾਹੀਂ ਹੋਵੇ, ਜਾਂ ਫਿਰ ਕੋਈ ਲੇਖ ਲੈ ਕੇ ਆਪਣਾ ਦੱਸਦਾ ਹੋਵੇ। ਅੱਜ ਕੱਲ੍ਹ ਤਾਂ ਜਿਹੜੇ ਲੈਕਚਰਸ ਆ ਉਹ ਵੀ ਬਹੁਤ ਜ਼ਿਆਦਾ ਡਿਲੀਵਰ ਕੀਤੇ ਜਾਂਦੇ, ਚਾਹੇ ਰੇਡੀਓਜ਼ 'ਤੇ ਹੋਣ, ਚਾਹੇ ਕੋਈ ਸੈਮੀਨਾਰ ਕਰਾਇਆ ਜਾਵੇ। ਕਈ ਕਾਫੀ ਹੱਦ ਤੱਕ ਸਹੀ ਵੀ ਹੁੰਦੇ ਆ, ਕਈ ਕਾਫੀ ਹੱਦ ਤੱਕ ਗਲਤ ਵੀ ਹੁੰਦੇ ਆ, ਅਤੇ ਆਪਣਾ ਜਿਹੜਾ ਵਿਖਾਓ ਹੁੰਦਾ ਵਾ ਉਹਨਾਂ ਨੂੰ ਸੁਣਨ ਦਾ, ਉਹ ਕਈ ਵਾਰੀ ਇਸ ਤਰੀਕੇ ਨਾਲ ਹੁੰਦਾ ਵਾ ਕਿ ਆਪਾਂ ਜਿਹੜੀ ਗੱਲ ਉਹ ਕਹੀ ਜਾ ਰਹੀ ਆ ਜਾਂ ਜਿੱਧਰ ਨੂੰ ਆਪਾਂ ਨੂੰ ਉਹ ਮੋੜ ਰਹੇ ਆ, ਆਪਾਂ ਉੱਧਰ ਨੂੰ ਤੁਰਨ ਲੱਗ ਜਾਂਦੇ ਹਾਂ। ਆਪਾਂ ਨੂੰ ਇੰਨੀ ਗੱਲ ਦੀ ਸਮਝ ਨਹੀਂ ਰਹਿੰਦੀ ਕਿ ਸਹੀ ਕੀ ਆ ਅਤੇ ਗਲਤ ਕੀ ਆ। ਇਹਦੇ ਜਿਹੜੇ ਆ ਉਹ ਦੋ ਜਿਹੜੇ ਪ੍ਰਮੁੱਖ ਕਾਰਨ ਆ ਮੈਂ ਸਮਝਦਾ ਉਹ ਹੁੰਦੇ ਆ। ਪਹਿਲਾ ਕਾਰਨ ਜਿਹੜਾ ਹੁੰਦਾ ਵਾ ਉਹ ਹੁੰਦਾ ਵਾ ਕਿ ਆਪਾਂ ਗੁਰਬਾਣੀ ਨਹੀਂ ਪੜ੍ਹਦੇ ਅਤੇ ਨਾ ਹੀ ਗੁਰਬਾਣੀ ਦੇ ਅਰਥ ਸੁਣਦੇ ਹਾਂ, ਕਥਾ ਨਹੀਂ ਸੁਣਦੇ ਆਪਾਂ ਗੁਰਬਾਣੀ ਦੀ। ਦੂਜਾ ਪੁਆਇੰਟ ਜਿਹੜਾ ਹੁੰਦਾ ਉਹ ਇਹ ਹੁੰਦਾ ਕਿ ਆਪਾਂ ਜਿਹੜਾ ਇਤਿਹਾਸ ਆ ਇਤਿਹਾਸ ਨਹੀਂ ਸੁਣਦੇ। ਇਤਿਹਾਸ ਨਾਲੋਂ ਆਪਾਂ ਨੂੰ ਜਿੰਨੀ ਤੋੜਨ ਦੀ ਕੋਸ਼ਿਸ਼ ਇਸ ਸਮੇਂ ਦੇ ਵਿੱਚ ਹੋ ਰਹੀ ਆ ਉਹ ਸ਼ਾਇਦ ਹੀ ਕਿਸੇ ਹੋਰ ਸਮੇਂ ਦੇ ਵਿੱਚ ਹੋਈ ਹੋਵੇ। 21ਵੀਂ ਸਦੀ ਅਤੇ ਸਿੱਖ ਨਾਮਕ ਇੱਕ ਸੀਰੀਜ਼ ਜਿਹੜੀ ਆ ਉਹ ਆਪਾਂ ਸ਼ੁਰੂ ਕੀਤੀ ਹੋਈ ਆ, ਉਹਦੇ ਦੋ ਆਰਟੀਕਲਸ ਆਪਾਂ ਲਿਖ ਚੁੱਕੇ ਹਾਂ ਆਪਣੇ ਬਲੌਗ 'ਤੇ, ਜਿਹਦੇ ਵਿੱਚ ਇਤਿਹਾਸ ਅਤੇ ਮਰਿਆਦਾ ਦੀ ਗੱਲ ਕੀਤੀ ਗਈ ਆ। ਤੀਜਾ ਜਿਹੜਾ ਪਾਰਟ ਆ ਉਹ ਗੁਰਬਾਣੀ 'ਤੇ ਆ। ਆਪਾਂ ਹੌਲੀ ਹੌਲੀ ਇਹ ਯੂਟਿਊਬ 'ਤੇ ਵੀ ਪਾਵਾਂਗੇ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਕੀ ਵਰਤਾਰਾ ਚੱਲ ਰਿਹਾ ਵਾ 21ਵੀਂ ਸਦੀ ਦੇ ਵਿੱਚ, ਜਿਹੜੇ ਸਿੱਖ ਆ ਉਹ 21ਵੀਂ ਸਦੀ ਦੇ ਵਿੱਚ ਕਿਵੇਂ ਜੀ ਰਹੇ ਆ, ਕਿਵੇਂ ਉਹ ਇਤਿਹਾਸ ਨੂੰ ਜਾਂ ਗੁਰਬਾਣੀ ਨੂੰ ਦੇਖ ਰਹੇ ਆ, ਜਿਹੜਾ 21ਵੀਂ ਸਦੀ ਦੇ ਵਿੱਚ ਮਾਹੌਲ ਆ ਉਹ ਸਿੱਖਾਂ 'ਤੇ ਕਿਵੇਂ ਭਾਰੂ ਪੈ ਰਿਹਾ ਵਾ, ਜਾਂ ਜਿਹੜੀ ਉਹਨਾਂ ਦੀ ਮਰਿਆਦਾ ਵਾ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਵਾ, ਅਤੇ ਕਿਵੇਂ ਹੋ ਰਹੀਆਂ ਇਹ ਚੀਜ਼ਾਂ, ਇਹਨਾਂ ਪਿੱਛੇ ਕੌਣ ਆ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਡਿਸਕਸ ਕਰਾਂਗੇ। ਜਿਹੜਾ ਅੱਜ ਆ ਅੱਜ ਦਾ ਆਪਣਾ ਟੌਪਿਕ ਇਹ ਆ ਕਿ ਪ੍ਰੋਪੇਗੈਂਡਾ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਵਾ, ਕਿਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਹ ਇਹ ਦਰਸਾਈਆਂ ਜਾ ਰਹੀਆਂ ਕਿ ਹੋਣਗੀਆਂ। ਰੀਜ਼ਨਿੰਗ ਇਸ ਤਰੀਕੇ ਨਾਲ ਲੈ ਕੇ ਆਈ ਜਾ ਰਹੀ ਆ ਕਿ ਆਪਾਂ ਨੂੰ ਸੋਚਣ 'ਤੇ ਕਈ ਵਾਰੀ ਮਜਬੂਰ ਹੋ ਜਾਂਦੇ ਆ ਕਿ ਜਿਹੜੀ ਆਪਾਂ ਮਰਿਆਦਾ ਫੋਲੋ ਕਰ ਰਹੇ ਹਾਂ ਕਿ ਉਹ ਸਹੀ ਆ ਜਾਂ ਗਲਤ ਆ। ਇਹ ਯੂਜ਼ਲੀ ਉਦੋਂ ਆਉਂਦਾ ਜਦੋਂ ਆਪਣਾ ਬ੍ਰੇਕ ਹੁੰਦਾ ਵਾ ਗੁਰਬਾਣੀ ਦੇ ਵਿੱਚੋਂ ਜਾਂ ਫਿਰ ਇਤਿਹਾਸ ਦੇ ਵਿੱਚੋਂ। ਬ੍ਰੇਕ ਦਾ ਭਾਵ ਕਿ ਜਦੋਂ ਆਪਾਂ ਮੰਨ ਲਓ ਲੜੀਵਾਰ ਕਥਾ ਸੁਣਦੇ ਪਏ ਹਾਂ, ਚਾਹੇ ਇਤਿਹਾਸ ਦੀ ਹੋਵੇ ਚਾਹੇ ਗੁਰਬਾਣੀ ਦੀ ਹੋਵੇ, ਉਹ ਸੁਣਦੇ ਸੁਣਦੇ ਮੰਨ ਲਓ ਕਿ ਆਪਾਂ 5, 10, 20, 25 ਦਿਨ ਨਹੀਂ ਸੁਣੀ ਅਤੇ ਆਪਾਂ ਕੋਈ ਬਹੁਤ ਪਹਿਲਾਂ ਤੋਂ ਵੀ ਨਹੀਂ ਕਥਾ ਸੁਣਦੇ ਪਏ, ਕਹਿ ਲਓ ਕਿ ਹਫ਼ਤਾ ਕੁ ਪਹਿਲਾਂ ਹੀ ਸ਼ੁਰੂ ਕੀਤੀ ਆ, ਉਹ ਜਿਹੜਾ ਖਲਾਅ ਪੈਦਾ ਹੋ ਜਾਂਦਾ ਨਾ, ਉਹ ਖਲਾਅ ਜਿਹੜੇ ਸਿੱਖ ਵਿਰੋਧੀ ਆਰਟੀਕਲਸ ਆ ਜਾਂ ਬੁੱਕਸ ਆ ਉਹ ਖਲਾਅ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਅਤੇ ਆਪਾਂ ਨੂੰ ਫਿਰ ਜਿਹੜਾ ਇਤਿਹਾਸ ਆ ਜਾਂ ਗੁਰਬਾਣੀ ਆ ਜਾਂ ਅਰਥ ਆ ਉਹ ਤਾਂ ਕਿੰਤੂ ਪ੍ਰੰਤੂ ਹੋਣ ਲੱਗ ਜਾਂਦਾ ਆਪਣਾ। ਪਰ ਜੇ ਆਪਾਂ ਲਗਾਤਾਰ ਸੁਣਦੇ ਰਹੀਏ ਗੁਰਬਾਣੀ ਅਤੇ ਗੁਰ ਇਤਿਹਾਸ ਨੂੰ, ਫਿਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾ ਉਹ ਹੁੰਦੀਆਂ ਨੇਗੀਆਂ। ਮੈਂ ਇੱਥੇ 3-4 ਗੱਲਾਂ ਜਿਹੜੀਆਂ ਵਾ ਅੱਜ ਕਰਨੀਆਂ ਵਾ। ਆਪਾਂ ਕੋਸ਼ਿਸ਼ ਕਰਾਂਗੇ ਕਿ ਮਹੀਨੇ 'ਚ ਇੱਕ ਅੱਧੀ ਵਾਰੀ ਤਾਂ ਇਹੋ ਜਿਹੀ ਵੀਡੀਓ ਬਣਾ ਦਿਆ ਕਰੀਏ ਜਿਹਦੇ ਵਿੱਚ ਕੀ ਹੋ ਰਿਹਾ ਸਿੱਖ ਪੰਥ ਦੇ ਵਿੱਚ ਜਾਂ ਜਿਹੜੀਆਂ ਚੀਜ਼ਾਂ ਮੈਂ ਪੜ੍ਹਦਾ ਵਾਂ ਕਿਵੇਂ ਇੱਕ ਤਰੀਕੇ ਨਾਲ ਮੋਲਡ ਕੀਤੀਆਂ ਜਾ ਰਹੀਆਂ ਉਹ ਸਿੱਖਾਂ ਨੂੰ ਇੱਕ ਅਲੱਗ ਦਿਸ਼ਾ ਦੇ ਵਿੱਚ ਤੋਰਨ ਲਈ, ਉਹ ਸਾਰੀਆਂ ਗੱਲਾਂ ਮੈਂ ਕੋਸ਼ਿਸ਼ ਕਰੂੰਗਾ ਰੱਖਾਂ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਵਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ। ਕਦੇ ਵੀ ਸਿੱਕੇ ਦਾ ਇੱਕ ਪਾਸਾ ਨਹੀਂ ਦੇਖਣਾ ਚਾਹੀਦਾ, ਦੋਨੇ ਪਾਸੇ ਦੇਖਣੇ ਚਾਹੀਦੇ ਆ। ਆਪਾਂ ਕੀ ਕਰਦੇ ਹਾਂ, ਆਪਾਂ ਜਦੋਂ ਔਨਲਾਈਨ ਆਰਟੀਕਲ ਕੋਈ ਪੜ੍ਹ ਲੈਂਦੇ ਹਾਂ, ਵੀਡੀਓ ਦੇਖ ਲੈਂਦੇ ਹਾਂ, ਆਪਾਂ ਉਸ ਪਾਸੇ ਵੱਲ ਨੂੰ ਹੀ ਤੁਰ ਜਾਂਦੇ ਹਾਂ। ਜਿਹੜਾ ਦੂਜਾ ਪਾਸਾ ਹੁੰਦਾ ਉਹ ਵੀ ਦੇਖਣਾ ਚਾਹੀਦਾ। ਮੈਂ ਐਂ ਨਹੀਂ ਕਹਿੰਦਾ ਕਿ ਜਿਹੜਾ ਕੁਛ ਵੀ ਤੁਸੀਂ ਯੂਟਿਊਬ 'ਤੇ ਜਾਂ ਲੇਖਕਾਂ ਦਾ ਲਿਖਿਆ ਹੋਇਆ ਪੜ੍ਹਦੇ ਹਾਂ ਇੰਟਰਨੈਟ 'ਤੇ ਉਹ ਸਾਰਾ ਗਲਤ ਹੁੰਦਾ, ਨਹੀਂ, ਉਹ ਬਹੁਤ ਵਾਰੀ ਸਹੀ ਵੀ ਹੁੰਦਾ। ਕਈ ਵਾਰੀ ਐਂ ਹੁੰਦਾ ਵਾ ਕਿ ਜਦੋਂ ਗਲਤ ਆ ਜਾਂਦੀਆਂ ਚੀਜ਼ਾਂ ਉਹਦਾ ਸਹੀ ਪੱਖ ਦੇਖਣ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਟਾਈਮ ਲਾ ਦਿੰਦੇ ਹਾਂ, ਜਾਂ ਫਿਰ ਆਪਾਂ ਸੋਚਦੇ ਹੀ ਨਹੀਂ ਕਿ ਉਹ ਸਹੀ ਚੀਜ਼ ਜਿਹੜੀ ਆ ਉਹ ਕੋਈ ਇੱਕ ਅਲੱਗ ਚੀਜ਼ ਹੋਊ, ਆਪਾਂ ਗਲਤ ਨੂੰ ਹੀ ਸਹੀ ਮੰਨਣਾ ਸ਼ੁਰੂ ਕਰ ਦਿੰਦੇ ਹਾਂ। ਇਹ ਚੀਜ਼ਾਂ ਜਿਹੜੀਆਂ ਵਾ ਇਹ ਬਹੁਤ ਗਲਤ ਹੁੰਦੀਆਂ ਵਾ।
ਇਹੋ ਜਿਹੀ ਆਪਣੀ ਵਿਚਾਰਧਾਰਾ ਬਣਾ ਦਿੱਤੀ ਜਾਂਦੀ ਆ ਕਿ ਆਪਾਂ ਆਪਣੇ ਨਾਲ ਲੜਨ ਨੂੰ ਜਾਂ ਆਪਣੇ ਵਿਚਾਰਾਂ ਨਾਲ ਲੜਨ ਨੂੰ ਤਿਆਰ ਹੀ ਨਹੀਂ ਹੁੰਦੇ। ਆਪਾਂ ਜਿਹੜਾ ਸਾਹਮਣੇ ਵਾਲਾ ਬੰਦਾ ਉਹਦੀ ਗੱਲ ਹੀ ਸੁਣਦੇ ਹਾਂ ਕਿ ਉਹ ਕਿਸ ਲਹਿਜੇ ਦੇ ਵਿੱਚ ਬੋਲਦਾ ਪਿਆ ਵਾ। ਕਈ ਵਾਰੀ ਜਿਹੜੇ ਡਾਟਸ ਆ ਉਹ ਇਸ ਤਰੀਕੇ ਨਾਲ ਕਨੈਕਟ ਕੀਤੇ ਜਾਂਦੇ ਆ ਕਿ ਆਪਾਂ ਨੂੰ ਜਿਹੜੀ ਉਹ ਸ਼ੇਪ ਬਣਦੀ ਆ ਨਾ ਹੁੰਦੀ, ਉਹ ਆਪਾਂ ਨੂੰ ਬਹੁਤ ਸਹੀ ਲੱਗਦੀ ਹੈ ਕਿ ਹਾਂ ਵੀ ਇਹ ਤਾਂ ਬਹੁਤ ਸਹੀ ਗੱਲ ਆ। ਪਰ ਦਰਅਸਲ ਦੇ ਵਿੱਚ ਉਹ ਕੁਝ ਯਤਨ ਹੁੰਦੇ ਆ ਕਿ ਸਿੱਖਾਂ ਨੂੰ ਇੱਕ ਅਲੱਗ ਤਰ੍ਹਾਂ ਦੀ ਪਿਕਚਰ ਪੇਸ਼ ਕੀਤੀ ਜਾਵੇ, ਚਾਹੇ ਉਹ ਤੱਥਾਂ ਦੇ ਆਧਾਰ 'ਤੇ ਹੋਵੇ ਚਾਹੇ ਤੱਥਾਂ ਦੇ ਆਧਾਰ 'ਤੇ ਨਾ ਹੋਵੇ। ਜਿਹੜੇ ਤੱਥਾਂ ਦੇ ਆਧਾਰ 'ਤੇ ਵੀ ਹੁੰਦੀਆਂ ਨਾ ਚੀਜ਼ਾਂ, ਉਹ ਪੂਰੇ ਤੱਥ ਨਹੀਂ ਦੱਸੇ ਜਾਂਦੇ, ਇੱਕ ਅੱਧੀ ਗੱਲ ਉਠਾ ਕੇ ਦੱਸ ਦਿੱਤੀ ਜਾਂਦੀ ਆ ਅਤੇ ਆਪਾਂ ਨੂੰ ਲੱਗਦਾ ਕਿ ਹਾਂ ਕਿ ਇਹ ਗੱਲ ਸਹੀ ਆ। ਸੋ ਜਿਹੜੀਆਂ ਤਿੰਨ ਚਾਰ ਚੀਜ਼ਾਂ ਆਪਾਂ ਕਰਨੀਆਂ ਉਹ ਇਸ ਪ੍ਰਕਾਰ ਆ ਜੀ। ਪਹਿਲੀ ਚੀਜ਼ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਉਹ ਇਹ ਕਿ ਯੂਟਿਊਬ 'ਤੇ ਫੇਸਬੁੱਕ 'ਤੇ ਐਂਟੀ ਸਿੱਖ ਪ੍ਰੋਪੇਗੰਡਾ ਜਿਹੜਾ ਵਾ ਉਹ ਬਹੁਤ ਜ਼ੋਰਾਂ 'ਤੇ ਚੱਲ ਰਿਹਾ ਵਾ। ਇੱਕ ਮੈਂ ਇਗਜ਼ਾਮਪਲ ਜਿਹੜੀ ਆ ਉਹ ਸ਼ੇਅਰ ਕਰਦਾ ਵਾਂ ਪਹਿਲੇ ਪੁਆਇੰਟ ਦੇ ਵਿੱਚ। ਗਿਆਨੀ ਇੰਦਰਜੀਤ ਸਿੰਘ ਜੀ ਆ ਜੀ ਰਾਬਕੇ ਵਾਲੇ, ਉਹਨਾਂ ਨੇ ਸੂਰਜ ਪ੍ਰਕਾਸ਼ ਦੀ ਕਥਾ ਕੀਤੀ ਹੋਈ ਆ, ਜਿਹੜੇ ਕਹਿੰਦੇ ਆ ਨਾ ਕਿ ਚੰਡੀ ਪ੍ਰਗਟ ਹੋਈ ਚੰਡੀ ਪ੍ਰਗਟ ਹੋਈ, ਉਹ ਜਿਹੜਾ ਭਾਗ ਆ ਸੂਰਜ ਪ੍ਰਕਾਸ਼ ਦੇ ਵਿੱਚ ਉਹਨਾਂ ਨੇ ਉਸਦੀ ਕਥਾ ਕੀਤੀ ਹੋਈ ਆ। ਅਤੇ ਆਪਾਂ ਵੀ ਕੁਛ ਕੁ ਵੀਡੀਓ ਬਣਾ ਚੁੱਕੇ ਹਾਂ ਚੰਡੀ ਪ੍ਰਗਟ ਹੋਣ 'ਤੇ, ਚਾਹੇ ਤਵਾਰੀ ਖਾਲਸਾ ਦੇ ਵਿੱਚੋਂ ਹੋਵੇ, ਚਾਹੇ ਪੰਥ ਪ੍ਰਕਾਸ਼ ਦੇ ਵਿੱਚੋਂ ਹੋਵੇ, ਚਾਹੇ ਜਿਹੜੀ ਭਾਈ ਵੀਰ ਸਿੰਘ ਨੇ ਲਿਖੀ ਹੈ ਕਿਤਾਬ ਉਹਦੇ ਵਿੱਚੋਂ ਹੋਵੇ। ਆਪਾਂ ਉਹ ਤਿੰਨ ਚੀਜ਼ਾਂ ਹਜੇ ਕਵਰ ਕਰ ਲਈਆਂ ਆਲਮੋਸਟ, ਅਤੇ ਜਿਹੜੇ ਵਿਚਾਰ ਆ ਗਿਆਨੀ ਇੰਦਰਜੀਤ ਸਿੰਘ ਹੋਣਾ ਦੇ ਉਹ ਵੀ ਆਪਾਂ ਹਜੇ ਰੱਖਣੇ ਆਪਣੀ ਵੀਡੀਓ ਦੇ ਵਿੱਚ, ਉਹ ਜਿਹੜੀ ਸੀਰੀਜ਼ ਅਲੱਗ ਸੀਰੀਜ਼ ਆ ਆਪਣੀ। ਇੱਥੇ ਕੀ ਹੋਇਆ ਕਿ ਗਿਆਨੀ ਇੰਦਰਜੀਤ ਸਿੰਘ ਹੋਣਾ ਨੇ ਬਾਹਰ ਜਾਣਾ ਸੀਗਾ, ਸ਼ਾਇਦ ਅਮੈਰੀਕਾ ਦੀ ਗੱਲ ਆ, ਉੱਥੇ ਉਹਨਾਂ ਨੇ ਕਥਾ ਕਰਨ ਜਾਣਾ ਸੀਗਾ। ਇਸੇ ਸਾਲ ਦੀ ਗੱਲ ਆ, ਮੈਨੂੰ ਯਾਦ ਨਹੀਂ, ਸ਼ਾਇਦ 3-4 ਮਹੀਨੇ ਹੋਏ ਹੋਣਗੇ, ਮੈਨੂੰ ਐਗਜੈਕਟਲੀ ਹੁਣ ਯਾਦ ਨਹੀਂ ਗਾ। ਫੇਸਬੁੱਕ 'ਤੇ ਇੱਕ ਪੋਸਟ ਆਈ ਜਿਹਦੇ 'ਚ ਇਹ ਲਿਖਿਆ ਗਿਆ ਕਿ ਜਿਹੜੇ ਸਿੱਖ ਆ ਉਹ ਦੇਵੀ ਪੂਜਾ ਕਰਦੇ ਆ, ਅਤੇ ਇਸ ਪਰਟੀਕੁਲਰ ਗੁਰਦੁਆਰੇ ਦੇ ਵਿੱਚ, ਜਿਹੜੇ ਗੁਰਦੁਆਰੇ ਦੇ ਵਿੱਚ ਗਿਆਨੀ ਇੰਦਰਜੀਤ ਸਿੰਘ ਹੋਣਾ ਨੇ ਜਾਣਾ ਸੀ, ਉਸ ਗੁਰਦੁਆਰੇ ਦਾ ਨਾਮ ਲੈ ਕੇ ਅਤੇ ਨਾਲੇ ਆਡੀਓ ਕਲਿੱਪ ਪਾ ਕੇ ਜਿਹੜੀ ਸੂਰਜ ਪ੍ਰਕਾਸ਼ ਦੀ ਕਥਾ ਵਾ ਇਹ ਦੱਸਿਆ ਜਾ ਰਿਹਾ ਸੀ ਕਿ ਦੇਖੋ ਜੀ ਇਸ ਪਰਟੀਕੁਲਰ ਗੁਰਦੁਆਰੇ ਦੇ ਵਿੱਚ ਜਿਹੜੀ ਦੇਵੀ ਆ, ਦੇਵੀ ਮਤਲਬ ਜਿਹੜੀ ਉਂਝ ਜਿਹੜੀ ਆਮ ਕਹਿ ਦਿੰਦੇ ਆ ਜੀ ਹਿੰਦੂਆਂ ਦੀਆਂ ਦੇਵੀਆਂ ਜਾਂ ਕੁਛ ਹੋਰ, ਉਸ ਦੇਵੀ ਦੀ ਉਸਤਤ ਕੀਤੀ ਜਾ ਰਹੀ ਹੈ ਜਾਂ ਉਹਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਗੁਰਬਾਣੀ ਤੋਂ ਪਰੇ ਹੋ ਕੇ, ਇਹ ਜਿਹੜੀ ਗੱਲ ਆ ਇਹ ਪ੍ਰਚਲਿਤ ਕੀਤੀ ਗਈ ਤਾਂ ਕਿ ਲੋਕਾਂ 'ਤੇ ਪ੍ਰਭਾਵ ਪੈ ਸਕੇ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੇ ਸਿੱਖ ਆ ਉਹ ਦੇਵੀਆਂ ਦੀਆਂ ਪੂਜਾ ਕਰਦੇ ਆ ਜਾਂ ਫਿਰ ਦੇਵੀ ਦੀ ਉਸਤਤ ਕਰਦੇ ਆ। ਉਹ ਪੂਰੀ ਗੱਲ ਕੀ ਆ ਸੂਰਜ ਪ੍ਰਕਾਸ਼ ਦੇ ਵਿੱਚ ਲਿਖੀ ਹੋਈ ਜਿਸ ਤਰੀਕੇ ਨਾਲ ਗਿਆਨੀ ਇੰਦਰਜੀਤ ਸਿੰਘ ਹੋਣਾ ਨੇ ਸਮਝਾਈ ਆ, ਜੇ ਉਹ ਸਮਝੀਏ ਤਾਂ ਉਹ ਇੱਕ ਅਲੱਗ ਹੀ ਵਰਤਾਰਾ ਵਾ। ਉਹ ਕਿ ਐਂ ਇਹ ਦੁਰਗਾ ਕਾਲੀ ਕੁੜੀ ਇਹੋ ਜਿਹੀ ਕੋਈ ਦੇਵੀ ਨਹੀਂ ਹੈਗੀ ਉਹ। ਖੈਰ ਇਹ ਗੱਲ ਅਲੱਗ ਆਪਾਂ ਹੋਰ ਕਿਸੇ ਵੀਡੀਓ ਦੇ ਵਿੱਚ ਕਰਾਂਗੇ, ਪਰ ਮੇਰਾ ਇੱਥੇ ਕਹਿਣ ਦਾ ਭਾਵ ਇਹ ਆ ਕਿ ਇੱਕ ਮਾਧਿਅਮ ਦੇ ਰਾਹੀਂ ਕਿਸੇ ਬੰਦੇ ਦੇ ਆਉਣ ਤੋਂ ਪਹਿਲਾਂ ਇਹ ਪ੍ਰਚਾਰ ਕਰਨਾ ਕਿ ਉਹਨੇ ਗਲਤ ਕੀਤਾ ਵਾ ਜਾਂ ਕਰ ਰਿਹਾ ਵਾ ਇੱਕ ਪਰਟੀਕੁਲਰ ਗੁਰਦੁਆਰੇ ਦੇ ਵਿੱਚ, ਇਹ ਬਹੁਤ ਹੀ ਗਲਤ ਗੱਲ ਆ। ਇੱਥੇ ਜਿਹੜੀ ਸਭ ਤੋਂ ਪਹਿਲੀ ਗੱਲ ਦੇਖਣ ਵਾਲੀ ਆ ਉਹ ਇਹ ਆ ਕਿ ਜਿਹੜੀ ਉਹਨਾਂ ਦੀ ਕਥਾ ਉਹ ਕੀਤੀ ਹੋਈ ਹੈ ਨਾ, ਉਹ ਬਹੁਤ ਪੁਰਾਣੀ ਕਥਾ ਕੀਤੀ ਹੋਈ ਆ, ਸ਼ਾਇਦ 10 ਸਾਲ ਤੋਂ ਵੀ ਪੁਰਾਣੀ ਹੋਵੇ ਕਥਾ, ਉਹ ਮੈਂ ਐਗਜੈਕਟਲੀ ਨਹੀਂ ਕਹਿ ਸਕਦਾ। ਅਤੇ ਉਹ ਕਥਾ ਨੂੰ ਇਹ ਕਹਿ ਕੇ ਪ੍ਰਚਾਰ ਨਾ ਜੀ ਕਿ ਇਹ ਅੱਜ ਕੱਲ੍ਹ ਹੋ ਰਿਹਾ ਵਾ ਉਸ ਗੁਰਦੁਆਰੇ ਦੇ ਵਿੱਚ, ਇਹ ਬਹੁਤ ਹੀ ਗਲਤ ਗੱਲ ਆ। ਜਿਵੇਂ ਆਪਾਂ ਇੰਡੀਆ ਦੇ ਵਿੱਚ ਜਾਂ ਅਮੈਰੀਕਾ ਦੇ ਵਿੱਚ ਦੇਖਦੇ ਹਾਂ ਕਿ ਦੋ ਪੋਲੀਟੀਕਲ ਪਾਰਟੀਜ਼ ਹੁੰਦੀਆਂ ਵਾ, ਜਿਹੜੇ ਉਹਨਾਂ ਦੇ ਸਪੋਰਟਰਸ ਹੁੰਦੇ ਉਹ ਇੱਕ ਦੂਜੇ ਬਾਰੇ ਗਲਤ ਗੱਲਾਂ ਕਰਨ ਲੱਗ ਜਾਂਦੇ ਆ, ਜਿਹੜੀਆਂ ਐਡੀਟਡ ਵੀਡੀਓਜ਼ ਆ ਜਾਂ ਐਡੀਟਡ ਫੋਟੋਜ਼ ਆ ਉਹ ਪਾਉਣ ਲੱਗ ਜਾਂਦੇ ਆ ਤਾਂ ਕਿ ਇਹ ਦਰਸਾਇਆ ਜਾ ਸਕੇ ਕਿ ਜਿਹੜੀ ਦੂਜੀ ਪਾਰਟੀ ਆ ਉਹ ਗਲਤ ਆ। ਇਹ ਜਿਹੜੀ ਚੀਜ਼ ਆ ਇਹ ਕਈ ਸਿੱਖਾਂ ਨੇ ਕਰਨੀ ਸ਼ੁਰੂ ਕਰਤੀ, ਜਿਹੜੀ ਚੀਜ਼ ਉੱਥੇ ਹੋ ਨਹੀਂ ਰਹੀ ਉਹ ਦਰਸਾਉਣਾ ਕਿ ਉਹ ਉੱਥੇ ਹੋ ਰਹੀ ਆ, ਕਿੱਡੀ ਗਲਤ ਗੱਲ ਆ ਇਹ। ਨਾਲੇ ਸ਼ੁਰੂਆਤ ਆ ਹਜੇ, ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਉਹਨਾਂ ਨੇ ਬਹੁਤ ਕੁਛ ਕਰਨਾ ਹਜੇ, ਕਿ ਜਿਹੜੀਆਂ ਚੀਜ਼ਾਂ ਨਹੀਂ ਹੋ ਰਹੀਆਂ ਜਾਂ ਫਿਰ ਸਹੀ ਤਰੀਕੇ ਜਿਹੜੇ ਹੈਗੇ ਆ ਉਹਨਾਂ ਨੂੰ ਗਲਤ ਕਹਿਣਾ, ਸਹੀ ਅਰਥਾਂ ਨੂੰ ਗਲਤ ਕਹਿਣਾ, ਇਹ ਬਹੁਤ ਜ਼ੋਰਾਂ ਸ਼ੋਰਾਂ 'ਤੇ ਚੱਲਣਾ। ਆਉਣ ਵਾਲੇ ਸਮੇਂ 'ਚ ਆਪਾਂ ਵਰਤਾਰਾ ਦੇਖ ਰਹੇ ਹਾਂ ਢੱਡਰੀਆਂ ਵਾਲੇ ਦਾ, ਜਾਂ ਧੁੰਦੇ ਨੇ ਵੀ ਬਹੁਤ ਰੌਲਾ ਪਾਇਆ ਸੀ ਪਿੱਛੇ, ਫਿਰ ਪੰਥ ਪ੍ਰੀਤ ਦੀਆਂ ਗੱਲਾਂ ਹੋ ਗਈਆਂ, ਜਾਂ ਇਹ ਆਪਣਾ ਘੱਗਾ ਹੋ ਗਿਆ,
ਜਾਂ ਕਾਲਾ ਅਫਗਾਨਾ ਹੋ ਗਿਆ, ਦਰਸ਼ੂ ਹੋ ਗਿਆ, ਟਾਈਗਰ ਜੱਥਾ ਯੂਕੇ ਵਾਲੇ ਹੋ ਗਏ, ਜਿੰਨੀਆਂ ਵੀ ਚੀਜ਼ਾਂ ਸਹੀ ਆ ਉਹਨਾਂ ਸਾਰਿਆਂ ਨੂੰ ਇਹ ਗਲਤ ਕਹਿੰਦੇ ਪਏ ਆ। ਇਹ ਅਜੇ ਛੋਟਾ ਜਿਹਾ ਗਰੁੱਪ ਆ, ਇਹਨਾਂ ਦੇ ਵਿੱਚ ਅਜੇ ਹੋਰ ਜਿਹੜੇ ਲੋਕ ਆ ਉਹ ਜੁੜਨੇ ਆ। ਅਤੇ ਜਿਹੜੇ ਉਹ ਲੋਕ ਜੁੜਨੇ ਆ ਉਹ ਕੀ ਖੋਜੀ ਬਿਰਤੀ ਵਾਲੇ ਨਹੀਂ ਹੈਗੇ। ਉਹਨਾਂ ਦੇ ਵਿੱਚ ਜਿਹੜੀ ਮੈਕਸੀਮ ਚੀਜ਼ ਆ ਉਹ ਇਹ ਆ ਕਿ ਉਹ ਉੱਪਰ ਦੇਖਦੇ ਆ ਕਿ ਜਿਹੜਾ ਬੰਦਾ ਸਾਨੂੰ ਦੱਸਦਾ ਪਿਆ ਉਹ ਕੀ ਦੱਸਦਾ ਪਿਆ। ਖੁਦ ਉਹ ਖੋਜ ਨਹੀਂ ਕਰਦੇ, ਖੁਦ ਉਹਨਾਂ ਦੀ ਕੋਈ ਸਟੱਡੀ ਨਹੀਂ ਹੁੰਦੀ। ਜਿਹੜਾ ਸਾਹਮਣੇ ਵਾਲੇ ਨੇ ਕਹਿਤਾ ਉਹ ਉਹੀ ਕਰਦੇ ਆ। ਇਹ ਚੀਜ਼ ਜਿਹੜੀ ਆ ਇਹ ਬਹੁਤ ਹੀ ਖਤਰਨਾਕ ਹੁੰਦੀ ਆ ਕਿ ਆਪਣੀ ਜਿਹੜੀ ਖੁਦ ਦੀ ਖੋਜ ਆ ਉਹ ਵੀ ਹੋਣੀ ਚਾਹੀਦੀ ਆ। ਮੈਂ ਇਹ ਦੇਖਿਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਿੱਖ ਆ, ਮੈਂ ਉਹ ਸਿੱਖਾਂ ਦੀ ਗੱਲ ਨਹੀਂ ਕਰਦਾ ਜਿਹੜੇ 40 ਜਾਂ 45 ਸਾਲ ਤੋਂ ਉੱਤੇ ਆ ਜਾਂ ਫਿਰ ਜਿਹੜੇ ਪ੍ਰੋਫੈਸਰ ਆ, ਨਹੀਂ, ਜਿਹੜੀ ਸਿੱਖਾਂ ਦੀ ਪਨੀਰੀ ਆ, ਜਿਹੜੇ ਨੌਜਵਾਨ ਆ, ਜਿਹੜੇ ਕਾਲਜਾਂ ਦੇ ਵਿੱਚ ਪੜ੍ਹਦੇ ਆ, ਉਹਨਾਂ ਦੀ ਖੋਜ ਬਹੁਤ ਹੀ ਘੱਟ ਆ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਿਸੇ ਨੂੰ ਮਿਲਿਆ, ਮੈਨੂੰ ਲੱਗਦਾ ਨਹੀਂ, ਮੈਂ ਆਪਦੀ ਜ਼ਿੰਦਗੀ 'ਚ ਹਜੇ ਤੱਕ ਕਿਸੇ ਨੂੰ ਨਹੀਂ ਮਿਲਿਆ ਜਿਹੜਾ ਕਾਲਜ ਦੇ ਵਿੱਚ ਪੜ੍ਹਦਾ ਹੋਵੇ ਅਤੇ ਖੋਜ ਕਰਦਾ ਹੋਵੇ। ਖੋਜ ਜਿਹੜੀ ਆ ਜੀ ਉਹ ਜ਼ਰੂਰ ਕਰਨੀ ਚਾਹੀਦੀ ਆ। ਆਪਾਂ ਨੂੰ ਜਿੰਨੇ ਵੀ ਧਾਰਮਿਕ ਗ੍ਰੰਥ ਆ ਨਾ ਜਾਂ ਕਿਸੇ ਦੀ ਲਿਖਤ ਆ ਉਹ ਪੜ੍ਹਨੀ ਜ਼ਰੂਰ ਚਾਹੀਦੀ ਆ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਕੀ ਗੱਲ ਆ ਅਤੇ ਕਿਵੇਂ ਹੋਈ ਆ ਅਤੇ ਆਪਾਂ ਉਹ 'ਚ ਸੱਚ ਜਿਹੜਾ ਵਾ ਉਹ ਕੱਢ ਸਕੀਏ। ਅੱਜ ਕੱਲ੍ਹ ਤਾਂ ਇਹ ਪ੍ਰਚਾਰਿਆ ਜਾ ਰਿਹਾ ਨਾ ਕਿ ਜੇ ਇਤਿਹਾਸ ਸਾਰਾ ਹੀ ਗਲਤ ਆ ਇਹ ਮੰਨਣ ਦੀ ਲੋੜ ਨਹੀਂ। ਇਹ ਜਿਹੜੀਆਂ ਚੀਜ਼ਾਂ ਵਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ ਆਪਾਂ ਨੂੰ ਪਤਾ ਲੱਗਦੀਆਂ ਕਿ ਲੋਕ ਜਿਹੜੇ ਆ ਇਹ ਆਪਾਂ ਨੂੰ ਇਤਿਹਾਸ ਨਾਲ ਕਿਉਂ ਤੋੜਨਾ ਚਾਹੁੰਦੇ ਆ। ਇਹਦੇ ਬਾਰੇ ਆਪਾਂ ਵਿਸਥਾਰ ਨਾਲ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ। ਸੋ ਮੇਰੇ ਕਹਿਣ ਦਾ ਭਾਵ ਇੱਥੇ ਇਹ ਆ ਕਿ ਇਹ ਜਿਹੜਾ ਪ੍ਰਚਾਰ ਕੀਤਾ ਗਿਆ ਗਿਆਨੀ ਇੰਦਰਜੀਤ ਸਿੰਘ ਜੀ ਦੇ ਆਉਣ ਤੋਂ ਪਹਿਲਾਂ ਕਿ ਉਹਨਾਂ ਨੇ ਕੋਈ ਦੇਵੀ ਦੀ ਗੱਲ ਕੀਤੀ ਆ ਜਾਂ ਦੇਵੀ ਦੀ ਗੱਲ ਕਰ ਰਹੇ ਆ ਇੱਕ ਪਰਟੀਕੁਲਰ ਗੁਰਦੁਆਰੇ ਦੇ ਵਿੱਚ, ਇਹ ਬਹੁਤ ਹੀ ਘਾਤਕ ਚੀਜ਼ ਆ ਜਿਹੜੀ ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਡਾਊਟਸ ਆ ਉਹ ਪੈਦਾ ਕਰ ਸਕਦੀ ਆ ਕਿ ਜੀ ਇਹ ਫਲਾਨਾ ਪ੍ਰਚਾਰਕ ਗਲਤ ਚੀਜ਼ ਕਰ ਰਿਹਾ ਜਾਂ ਗਲਤ ਬੋਲ ਰਿਹਾ। ਆਪਾਂ ਨੂੰ ਇਹਦੇ ਬਾਰੇ ਜ਼ਰੂਰ ਧਿਆਨ ਰੱਖਣਾ ਚਾਹੀਦਾ। ਜਿਹੜਾ ਦੂਜਾ ਪੁਆਇੰਟ ਹੈ ਇੱਥੇ ਜੀ ਉਹ ਮੈਂ ਦੱਸਣਾ ਚਾਹੁੰਦਾ ਇੱਕ ਨੌਜਵਾਨ ਆ ਜਸਵਿੰਦਰ ਸਿੰਘ ਕਰਕੇ, ਉਹਦੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਵਾ ਇੰਟਰਨੈਟ 'ਤੇ ਪਈਆਂ, ਫੇਸਬੁੱਕ 'ਤੇ ਵੀ ਪਈਆਂ, ਖਾਸ ਕਰ ਜਿਹੜਾ ਢੱਡਰੀ ਬੋਲਦਾ ਵਾ, ਢੱਡਰੀ ਦੇ ਜਿਹੜੇ ਝੂਠ ਆ ਉਹਨਾਂ ਦੇ ਖਿਲਾਫ ਜਸਵਿੰਦਰ ਸਿੰਘ ਬੋਲਦਾ ਵਾ। ਅਤੇ ਕਈ ਲੋਕ ਜਿਹੜੇ ਆ ਹੁਣ ਜਿਹਨੂੰ ਆਪਾਂ ਕਹਿੰਦੇ ਨਾ ਕਰੈਕਟਰ ਅਸੈਸੀਨੇਸ਼ਨ, ਉਹ ਜਸਵਿੰਦਰ ਸਿੰਘ ਦਾ ਕਰੈਕਟਰ ਅਸੈਸੀਨੇਸ਼ਨ ਅੱਜ ਕੱਲ੍ਹ ਚੱਲ ਰਿਹਾ ਵਾ। ਜਿਵੇਂ ਪਹਿਲਾਂ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦਾ ਕਰੈਕਟਰ ਅਸੈਸੀਨੇਸ਼ਨ ਚੱਲਿਆ ਸੀ ਜਦੋਂ ਉਹ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਾਰੇ ਬੋਲ ਰਿਹਾ ਸੀ, ਨਿੰਦਕਾਂ ਨੂੰ ਉੱਤਰ ਦੇ ਰਿਹਾ ਸੀ ਨਾ। ਜਦੋਂ ਤੁਸੀਂ ਦੇਖੋਗੇ ਕੁਝ ਵੀਡੀਓਜ਼ ਇਹੋ ਜਿਹੀਆਂ ਹੈਗੀਆਂ ਇੰਟਰਨੈਟ 'ਤੇ ਜੋ ਇਹ ਸਾਬਤ ਕਰਦੀਆਂ ਪਈਆਂ ਵਾਂ ਜਾਂ ਇਹ ਪ੍ਰਚਾਰ ਕਰਦੀਆਂ ਪਈਆਂ ਵਾਂ ਕਿ ਜੀ ਜਿਹੜਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਂ ਉਹ RSS ਦਾ ਬੰਦਾ ਵਾ ਜਾਂ ਫਿਰ ਇਹ ਹਿੰਦੂ ਆ ਜਾਂ ਫਿਰ ਇਹ ਕੋਈ ਏਜੰਟ ਆ ਭਾਰਤੀ ਏਜੰਸੀਆਂ ਦਾ। ਜਦਕਿ ਇਹ ਹੁਣ ਸਭ ਨੂੰ ਪਤਾ ਲੱਗ ਗਿਆ ਵਾ ਕਿ ਜਿਹੜੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕਿੰਦੂ ਪਰੰਦੂ ਕਰਦੇ ਸੀ ਉਹ ਕਿੰਨੇ ਪਾਣੀ ਦੇ ਵਿੱਚ ਸੀ। ਸੋ ਜਦੋਂ ਵੀ ਇਹੋ ਜਿਹੀ ਗੱਲ ਹੁੰਦੀ ਹੈ ਨਾ, ਜਦੋਂ ਸੱਚ ਸਾਹਮਣੇ ਨਿਕਲ ਕੇ ਆਉਂਦਾ ਵਾ, ਉਦੋਂ ਜਿਹੜਾ ਇਨਸਾਨ ਸੱਚ ਦੇ ਨਾਲ ਖੜਾ ਹੁੰਦਾ ਵਾ ਉਹਦਾ ਕਰੈਕਟਰ ਅਸੈਸੀਨੇਸ਼ਨ ਹਮੇਸ਼ਾ ਕੀਤਾ ਜਾਂਦਾ ਵਾ। ਜਦੋਂ ਇੱਕ ਬੰਦੇ ਨੂੰ ਬਹੁਤ ਲੋਕ ਫੋਲੋ ਕਰਨ ਲੱਗ ਗਏ ਹਨ, ਹੁਣ ਇਹਦੇ 'ਚ ਵੀ ਦੋ ਗੱਲਾਂ ਹੁੰਦੀਆਂ, ਇੱਕ ਤਾਂ ਇਹ ਕਿ ਉਹ ਬੰਦਾ ਗਲਤ ਆ, ਇੱਕ ਇਹ ਕਿ ਉਹ ਬੰਦਾ ਸਹੀ ਆ। ਜੇ ਉਹ ਬੰਦਾ ਸਹੀ ਆ ਅਤੇ ਲੋਕ ਜਿਹੜੇ ਆ ਉਹ ਉਹਦੇ ਨਾਲ ਜੁੜੇ ਹੋਏ ਆ ਜਾਂ ਉਹਨੂੰ ਸੁਣਦੇ ਪਏ ਆ, ਇਹ ਕੋਈ ਵੀ ਗੌਰਮੈਂਟ ਦੇ ਲਈ ਜਾਂ ਸਿੱਖ ਵਿਰੋਧੀ ਜਿਹੜੇ ਲੋਕ ਆ, ਏਜੰਸੀਆਂ ਵਾ ਜਾਂ ਫਿਰ ਔਰਗਨਾਈਜੇਸ਼ਨਸ ਆ, ਉਹਨਾਂ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਦਿੰਦਾ ਵਾ ਉਹ ਇਨਸਾਨ। ਕਿਉਂਕਿ ਜਦੋਂ ਲੋਕ ਜੁੜਨ ਲੱਗ ਜਾਂਦੇ ਆ ਨਾ ਉਸ ਇਨਸਾਨ ਨਾਲ, ਤਾਂ ਉਹਦੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦੇ ਆ। ਹੁਣ ਜਿਹੜੇ ਲੋਕਾਂ ਨੇ ਬਹੁਤ ਜ਼ਿਆਦਾ ਕਿੰਤੂ ਪਰੰਤੂ ਕੀਤਾ ਸੀਗਾ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ, ਉਹ ਲੋਕ ਅੱਜ ਕੱਲ੍ਹ ਚੁੱਪ ਕਰਕੇ ਬੈਠੇ ਆ, ਕਿਉਂਕਿ ਮੈਕਸੀਮ ਜਿੰਨੇ ਵੀ ਪ੍ਰੈਸ਼ਨ ਸੀਗੇ ਉਹਨਾਂ ਸਾਰਿਆਂ ਦੇ ਉੱਤਰ ਦੇ ਦਿੱਤੇ ਗਏ ਆ। ਚਾਹੇ ਯੂਨੀਵਰਸਿਟੀਜ਼ ਦੇ ਜਿਹੜੇ ਪ੍ਰੋਫੈਸਰ ਸੀਗੇ ਉਹ ਹੋਣ, ਚਾਹੇ ਜਿਹੜੇ ਸਿੰਘ ਸੀਗੇ ਉਹ ਹੋਣ, ਪਰ ਇਹ ਸਾਰੇ ਵਰਤਾਰੇ ਦੇ ਵਿੱਚ ਨਾ ਜਦੋਂ ਇਹ ਚੱਲ ਰਿਹਾ ਸੀਗਾ ਪਿਛਲੇ ਜੇ ਆਪਾਂ ਦੇਖੀਏ 8-10 ਸਾਲਾਂ ਤੋਂ ਕਹਿ ਲਓ ਜ਼ਿਆਦਾ ਚੱਲ ਰਿਹਾ ਸੀਗਾ, ਉਦੋਂ ਇਹ ਬਹੁਤ ਪ੍ਰਚਾਰ ਕੀਤਾ ਗਿਆ ਕਿ ਜਿਹੜੀਆਂ ਯੂਨੀਵਰਸਿਟੀਜ਼ ਆ, ਖਾਸ ਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹ ਵਿਕ ਚੁੱਕੀ ਆ ਅਤੇ ਜਿਹੜੀ ਇਹ ਗ੍ਰੰਥ ਆ ਦਸਮ ਗੁਰੂ ਗ੍ਰੰਥ ਸਾਹਿਬ ਜੀ ਆ
ਇਹ ਜੀ ਕਿਸੇ ਹਿੰਦੂ ਨੇ ਲਿਖਿਆ ਜਾਂ ਕਿਸੇ ਬ੍ਰਾਹਮਣ ਨੇ ਲਿਖਿਆ ਜਾਂ ਕਿਸੇ ਅੰਗਰੇਜ਼ ਨੇ ਲਿਖਿਆ, ਇਹਦੇ ਬਾਰੇ ਵੀ ਆਪਾਂ ਬਹੁਤ ਡਿਟੇਲ ਦੇ ਵਿੱਚ ਗੱਲਾਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਇੱਥੇ ਇਹ ਜ਼ਿਆਦਾ ਕਹਿਣਾ ਚਾਹੁੰਦਾ ਵਾਂ ਕਿ ਕਰੈਕਟਰ ਅਸੈਸੀਨੇਸ਼ਨ ਨਾ ਇਹ ਹੁੰਦੇ ਹੀ ਹੁੰਦੇ ਆ ਜਦੋਂ ਵੀ ਲੋਕ ਸੱਚ ਦਾ ਪ੍ਰਚਾਰ ਕਰਦੇ ਜ਼ਿਆਦਾ। ਹੁਣ ਜਸਵਿੰਦਰ ਸਿੰਘ ਦੀ ਇੱਕ ਵੀਡੀਓ ਸੀਗੀ ਜਿਹੜੀ ਮੇਰੇ ਹੱਥ ਲੱਗੀ, ਉਹ 'ਚ ਇਹ ਕਹਿ ਰਿਹਾ ਸੀਗਾ ਕਿ ਲੋਕਾਂ ਨੇ ਅਮਰੀਕਾ ਦੇ ਵਿੱਚ ਘਰ ਘਰ ਹਥਿਆਰ ਰੱਖੇ ਹੋਏ ਆ ਅਤੇ ਇੱਥੇ ਸਿੱਧੀਆਂ ਸਵੈਟ ਟੀਮਾਂ ਆਉਂਦੀਆਂ ਵਾ ਜੇ ਕੁਛ ਹੋ ਜਾਂਦਾ, ਕੋਈ ਐਂ ਪੁਲਿਸ ਦਾ ਕੇਸ ਕੂਸ ਨਹੀਂ ਹੁੰਦਾ ਕਿ ਏਡੇ ਵੱਡੇ ਵੱਡੇ ਹਥਿਆਰ ਆ ਲੋਕਾਂ ਤੋਂ। ਇਹ ਗੱਲ ਉਦੋਂ ਕਹੀ ਗਈ ਸੀਗੀ ਜਦੋਂ ਢੱਡਰੀਆਂ ਵਾਲੇ ਦਾ ਵਿਰੋਧ ਹੋ ਰਿਹਾ ਸੀ, ਕਹਿੰਦੇ ਸੀ ਜੀ ਢੱਡਰੀ ਵਾਲੇ 'ਤੇ ਹਮਲਾ ਹੋ ਗਿਆ ਹਮਲਾ ਹੋ ਗਿਆ, ਅਤੇ ਉਦੋਂ ਉਹਨੇ ਇਗਜ਼ਾਮਪਲ ਦਿੱਤੀ ਸੀ ਕਿ ਭਾਈ ਅਮਰੀਕੀ ਜਿਹੜੇ ਲੋਕ ਆ ਉਹਨਾਂ ਕੋਲ ਵੱਡੇ ਵੱਡੇ ਹਥਿਆਰ ਹੁੰਦੇ ਆ ਅਤੇ ਉਹ ਇਕੱਲਾ ਹੀ ਬਹੁਤ ਹੁੰਦਾ ਏਡੇ ਵੱਡੇ ਹਥਿਆਰ ਨਾਲ, ਕੋਈ ਐਂ ਝੁੰਡ ਬਣਾ ਕੇ ਜਾਣ ਦੀ ਲੋੜ ਨਹੀਂ ਹੁੰਦੀ ਜਿਹਨੇ ਕੋਈ ਕਾਰਾ ਕਰਨਾ ਹੁੰਦਾ। ਇਹ ਜਿਹੜੀ ਚੀਜ਼ ਆ ਇਹ 100% ਸੱਚ ਆ। ਅਮਰੀਕਾ ਦੇ ਵਿੱਚ ਤੁਸੀਂ ਖੁਦ ਦੇਖੋ ਕਿੰਨੀਆਂ ਘਟਨਾਵਾਂ ਹੋਈਆਂ ਵਾ ਜਦੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ। ਉਹ ਕੀ ਕੋਈ ਅੱਤਵਾਦੀ ਤਾਂ ਹੁੰਦਾ ਨਹੀਂ, ਬਾਹਰੋਂ ਜਿਹਨੂੰ ਕਹਿ ਦਿੰਦੇ ਨਾ ਕਿ ਅੱਤਵਾਦੀ, ਕਿ ਜੀ ਇਹ ਅੱਤਵਾਦੀ ਹੈ ਖਾਸ ਧਰਮ ਦਾ, ਹੈ ਤਾਂ ਸਾਰੇ ਉਹ ਅਮਰੀਕੀ ਸੀਗੇ, ਹੈ ਤਾਂ ਚੱਲ ਉਹ ਵੀ ਅੱਤਵਾਦੀ ਜਿਨ੍ਹਾਂ ਨੇ ਮਾਰੇ ਸਕੂਲ ਦੇ ਵਿੱਚ ਬੱਚੇ ਜਾ ਕੇ, ਪਰ ਉਹਨਾਂ ਕੋਲ ਹਥਿਆਰ ਦੇਖੋ ਕਿੱਡੇ ਵੱਡੇ ਵੱਡੇ ਸੀਗੇ, ਕਿੰਨੇ ਸਕੂਲ ਦੇ ਬੱਚਿਆਂ ਨੂੰ ਮਾਰਿਆ ਵਾ। ਇਹ ਉਹਨੇ ਇੱਕ ਇਗਜ਼ਾਮਪਲ ਦਿੱਤੀ। ਇੱਕ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਵੀਡੀਓ ਹੋਰ ਦੇਖਣ ਨੂੰ ਮਿਲੀ ਜਿਹੜੀ ਜਸਵਿੰਦਰ ਸਿੰਘ ਦੇ ਉੱਤੇ ਬਣਾਈ ਗਈ ਸੀ ਕਿ ਇਹ ਬੰਦਾ ਇਹ ਕਹਿ ਰਿਹਾ ਵਾ ਕਿ ਸਾਡੇ ਕੋਲ ਬਹੁਤ ਜ਼ਿਆਦਾ ਹਥਿਆਰ ਆ ਅਤੇ ਜੇ ਮਾਰਨਾ ਹੋਇਆ ਸਿਰਫ ਸਵੈਟ ਟੀਮਾਂ ਆਉਂਦੀਆਂ ਵਾ, ਕੋਈ ਪੁਲਿਸ ਵਾਲਾ ਨਹੀਂ ਆਉਂਦਾ। ਹੁਣ ਜਿਹੜੀ ਗੱਲ ਆ ਦੇਖੋ, ਗੱਲ ਨੂੰ ਟੋਟਲੀ ਚੇਂਜ ਕਰ ਦਿੱਤਾ ਗਿਆ, ਜਿਹੜਾ ਸੱਚ ਆ ਉਹਦੇ ਬਾਰੇ ਗੱਲ ਹੀ ਨਹੀਂ ਹੋਈ। ਹੁਣ ਆਪਾਂ ਮੈਂ ਜਿਵੇਂ ਕਿਹਾ ਕਿ ਖੋਜੀ ਬਿਰਤੀ ਵਾਲੇ ਲੋਕ ਹੈ ਨਾ, ਜਿੰਨੇ ਵੀ ਢੱਡਰੀਆਂ ਵਾਲੇ ਨਾਲ ਮੈਕਸੀਮਮ ਲੋਕ ਜੁੜੇ ਹੋਏ ਆ, ਉਹ ਮੈਕਸੀਮਮ ਨੌਜਵਾਨ ਵਰਗ ਜੁੜਿਆ ਹੋਇਆ ਹੁੰਦੇ ਨੇ, ਇਹ 'ਚ ਕੋਈ ਵੀ ਡਾਊਟ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਨੌਜਵਾਨਾਂ ਦੀ ਕੋਈ ਖੋਜ ਨਹੀਂ ਹੈਗੀ। ਕਿੰਨੇ ਕੁ ਇਹੋ ਜਿਹੇ ਬੰਦੇ ਹੋਣਗੇ ਜਿਹੜੇ ਢੱਡਰੀ ਵਾਲੇ ਦੇ ਸਪੋਰਟਰ ਹੋਣਗੇ ਅਤੇ ਉਹਨੇ ਜਿਹੜੀ ਜਸਵਿੰਦਰ ਸਿੰਘ ਦੀ ਉਹ ਵੀਡੀਓ ਆ ਉਹ ਪੂਰੀ ਸੁਣੀ ਹੋਊਗੀ, ਤੁਸੀਂ ਖੁਦ ਸੋਚ ਲਓ। ਇਸ ਕਰਕੇ ਮੈਂ ਕਹਿੰਦਾ ਕਿ ਜਿਹੜਾ ਆਪਣੀ ਨੌਜਵਾਨ ਪੀੜ੍ਹੀ ਆ ਨਾ, ਜਾਂ ਜਿਹੜੀ ਪਨੀਰੀ ਆ ਸਿੱਖੀ ਦੀ, ਇਹਨਾਂ ਨੂੰ ਜ਼ਰੂਰ ਖੋਜੀ ਬਿਰਤੀ ਵਾਲੇ ਹੋਣਾ ਚਾਹੀਦਾ। ਜੇ ਖੋਜ ਨਹੀਂ ਨਾ ਕਰਦੇ ਆਪਾਂ, ਖੋਜ ਦਾ ਮਤਲਬ ਐਵੇਂ ਵੀ ਨਹੀਂ ਕਿ ਆਪਾਂ ਆਪਣੇ ਧਰਮ ਦੇ ਖਿਲਾਫ ਚਲੇ ਜਾਣਾ ਵਾ, ਕਈ ਚੀਜ਼ਾਂ ਗਲਤ ਵੀ ਲਿਖੀਆਂ ਹੋਈਆਂ ਵਾ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਜਿਹੜੀਆਂ ਗੁਰਮਤ ਦੇ ਅਨੁਕੂਲ ਨਹੀਂ ਹੈਗੀਆਂ, ਉਹ ਇੱਕ ਅਲੱਗ ਚੀਜ਼ ਆ। ਪਰ ਆਪਾਂ ਇਹ ਕਹਿ ਦੇਣਾ ਕਿ ਆਪਾਂ ਕੋਈ ਗ੍ਰੰਥ ਹੀ ਨਹੀਂ ਪੜ੍ਹਨਾ ਜੀ, ਆਪਾਂ ਤਾਂ ਸਾਰਾ ਕੁਛ ਗਲਤ ਕਹਿ ਕੇ ਉਹਨਾਂ ਨੂੰ ਛੱਡ ਹੀ ਦੇਣਾ ਵਾ, ਇਹ ਸਭ ਤੋਂ ਵੱਡੀ ਮੇਰੇ ਹਿਸਾਬ ਨਾਲ ਮੂਰਖਤਾ ਹੋਊਗੀ ਆਪਣੀ, ਜੇ ਆਪਾਂ ਸਾਰਾ ਕੁਛ ਛੱਡਤਾ ਤਾਂ। ਇਸ ਕਰਕੇ ਬੇਨਤੀ ਇਹ ਆ ਕਿ ਜਿੰਨੇ ਵੀ ਨੌਜਵਾਨ ਆ ਨਾ ਸੁਣਦੇ ਪਏ, ਇਹ ਸਾਰੇ ਜਿਹੜੇ ਆ ਖੋਜੀ ਬਿਰਤੀ ਵਾਲੇ ਬਣੋ, ਤੁਹਾਨੂੰ ਕੋਈ ਪ੍ਰਭਾਵਿਤ ਨਾ ਕਰ ਸਕੇ ਗਲਤ ਇਨਫੋਰਮੇਸ਼ਨ ਦੇ ਕੇ, ਇਹ ਜ਼ਰੂਰ ਜਿਹੜਾ ਵਾ ਧਿਆਨ ਰੱਖੋ ਆਪਣਾ। ਤੀਜੀ ਗੱਲ ਜਿਹੜੀ ਆ ਜੀ, ਇੱਕ ਫੋਟੋ ਸ਼ੇਅਰ ਕੀਤੀ ਜਾ ਰਹੀ ਆ ਨੇਕੀ ਨਿੱਕੀ ਜਿਹੜਾ ਹੈਗਾ ਇਹ ਨਿਊਜ਼ੀਲੈਂਡੀਆ ਕਹਿੰਦਾ ਉਹਨੇ ਇੱਕ ਫੋਟੋ ਪਾਈ ਸੀਗੀ ਨਿਹੰਗਾਂ ਸਿੰਘਾਂ ਦੀ ਅਤੇ ਨਾਲ ਇੱਕ ਕੁੜੀ ਸੀਗੀ। ਇਹ ਪ੍ਰਚਾਰ ਥੋੜ੍ਹੇ ਦਿਨਾਂ ਤੋਂ ਚੱਲਦਾ ਪਿਆ ਵਾ, ਮੈਂ ਦੇਖਿਆ ਵਾ ਕਿ ਇਹ ਜਿਹੜੀ ਆ ਅੱਜ ਦੇਖੋ ਕਿੰਨੀ ਗਲਤ ਗੱਲ, ਨਿਹੰਗ ਸਿੰਘ ਕੁੜੀ ਨੂੰ ਫੜ ਕੇ ਬੈਠੇ ਆ ਜਾਂ ਕੁਛ ਹੋਰ, ਹਾਲਾਂਕਿ ਉਹਨੇ ਉੱਪਰ ਕੈਪਸ਼ਨ ਦੇ ਵਿੱਚ ਲਿਖਿਆ ਵਾ ਕਿ ਐਡਿਟਡ ਆ ਜਾਂ ਸਹੀ ਆ, ਪਰ ਉਹ ਪੜਤਾਲ ਕੀਤੇ ਬਿਨਾਂ ਇੱਕ ਫੋਟੋ ਪਾ ਤੀ। ਅਤੇ ਜਿਹੜੇ ਹੁਣ ਹੈਗੇ ਆ ਜਿਨ੍ਹਾਂ ਨੇ ਠੇਕਾ ਲਿੱਤਾ ਹੋਇਆ ਕਿ ਭਾਈ ਆਪਾਂ ਤਾਂ ਸਿੱਖਾਂ ਦੇ ਖਿਲਾਫ਼ ਬੋਲਣਾ ਹੀ ਬੋਲਣਾ, ਉਹਨਾਂ ਨੇ ਫੋਟੋਆਂ ਚੱਕ ਕੇ ਪਤਾ ਨਹੀਂ ਕੀ ਕੁਛ ਲਿਖਤਾ। ਇਹ ਜਿਹੜੀ ਗੈਰ ਜ਼ਿੰਮੇਦਾਰਾ ਚੀਜ਼ ਆ ਨਾ, ਇਹ ਬਹੁਤ ਗਲਤ ਆ। ਫਿਰ ਜਿਹੜਾ ਨਿਹੰਗ ਸਿੰਘ ਸੀਗਾ ਉਹਨੇ ਕਿਹਾ ਕਿ ਭਾਈ ਇਹ ਤਾਂ ਸਾਡੀ ਰਿਸ਼ਤੇਦਾਰ ਸੀਗੀ, ਉਹ ਫੋਟੋ ਨਹੀਂ ਖਿਚਾਉਂਦੀ ਪਈ ਸੀ, ਅਸੀਂ ਪਰਿਵਾਰਕ ਮੈਂਬਰ ਸੀਗੇ, ਅਸੀਂ ਉਹਦਾ ਹੱਥ ਫੜ ਕੇ ਕਹਿੰਦੇ ਪਏ ਸੀ ਕੋਈ ਨਾ ਇੱਕ ਫੋਟੋ ਤਾਂ ਖਿਚਾ ਲਾ, ਉਦੋਂ ਉਹਨਾਂ ਨੇ ਫੋਟੋ ਕਲਿੱਕ ਕਰਤੀ। ਇਹ ਸੱਚ ਆ ਜੀ ਉਸ ਫੋਟੋ ਦਾ, ਉਹ ਵੀ ਦੇਖੋ ਕਿੱਥੋਂ ਤੋਂ ਕੀ ਗੱਲ ਬਣਾਤੀ। 3 ਪੁਆਇੰਟ ਆਪਾਂ ਡਿਸਕਸ ਕੀਤੇ ਹੁਣ ਤੱਕ, 3 ਪੁਆਇੰਟਾਂ ਦੇ ਵਿੱਚ ਗੱਲ ਕੀ ਸੀ, ਬਣਾ ਕੀ ਦਿੱਤਾ ਗਿਆ। ਗਿਆਨੀ ਇੰਦਰਜੀਤ ਸਿੰਘ ਬਾਰੇ ਗੱਲ ਕਰ ਲਈ ਆਪਾਂ, ਜਸਵਿੰਦਰ ਸਿੰਘ ਬਾਰੇ ਗੱਲ ਕਰ ਲਈ, ਨਿਹੰਗਾਂ ਸਿੰਘਾਂ ਬਾਰੇ ਗੱਲ ਕਰ ਲਈ, ਤਿੰਨੇ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਇੱਕ ਅਲੱਗ ਦ੍ਰਿਸ਼ ਪੇਸ਼ ਕਰਦੀਆਂ ਪਈਆਂ ਸੀਗੀਆਂ, ਪਰ ਇੱਕ ਅਲੱਗ ਹੀ ਦਿਸ਼ਾ ਵੱਲ ਤੋਰਨ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਸਿੱਖਾਂ ਨੂੰ, ਉਹ ਉਹਨਾਂ ਗੱਲਾਂ ਨੂੰ ਲੈ ਕੇ ਇਹ ਪ੍ਰਚਾਰ ਕਰ ਰਹੇ ਆ ਜੀ, ਇਹ ਸਿੱਖਾਂ ਦੇ ਸਿਧਾਂਤਾਂ ਦੇ ਵਿਰੁੱਧ ਆ, ਜਾਂ ਫਿਰ ਇਹ ਜੀ ਸਿੱਖ ਪੰਥ ਦੇ ਵਿੱਚ ਪੁਆੜਾ ਪਾਉਂਦੇ ਪਏ ਆ। ਜੇ ਪੂਰੀ ਗੱਲ ਪਤਾ ਹੁੰਦੀ ਆਪਾਂ ਨੂੰ ਤਾਂ ਆਪਾਂ ਕਦੇ ਵੀ ਇਹ ਚੀਜ਼ 'ਤੇ ਨਾ ਪਹੁੰਚਦੇ। ਇੱਕ ਜਿਹੜੀ ਨੌਜਵਾਨ ਵਰਗਾਂ ਦੇ ਵਿੱਚ ਥੋੜ੍ਹੀ ਜਿਹੀ ਖਾਮੀ ਮੈਂ ਦੇਖਦਾ ਨਾ, ਇਹ ਸਿਰਫ ਸਿੱਖਾਂ ਲਈ ਨਹੀਂ ਮੈਂ ਕਹਿੰਦਾ ਪਿਆ, ਜਿੰਨੀ ਵੀ ਨੌਜਵਾਨ ਪੀੜ੍ਹੀ ਆ, ਕਿਸੇ ਵੀ ਧਰਮ ਕਿਸੇ ਵੀ ਦੇਸ਼ ਦੇ ਹੋਣ ਲੋਕ, ਉਹ ਜਿਹੜੇ ਨੌਜਵਾਨ ਲੋਕ ਹੁੰਦੇ ਆ ਨਾ, ਉਹ ਰਿਐਕਟ ਬਹੁਤ ਜਲਦੀ ਕਰਦੇ ਆ।
ਖਾਸਕਰ ਜਿਹੜਾ ਧਰਮ ਦਾ ਵਿਸ਼ਾ ਆ ਜਾਂਦਾ ਨਾ, ਬਹੁਤ ਹੀ ਜਲਦੀ ਰਿਐਕਟ ਕੀਤਾ ਜਾਂਦਾ ਵਾ। ਥੋੜ੍ਹਾ ਜਿਹਾ ਸੋਚ ਸਮਝ ਕੇ ਪਹਿਲਾਂ ਆਪਾਂ ਦੇਖ ਲਈਏ ਕਿ ਗੱਲ ਹੋਈ ਕੀ ਆ, ਫਿਰ ਉਹ 'ਤੇ ਆਪਾਂ ਆਪਣਾ ਪ੍ਰਤੀਕਰਮ ਦਈਏ, ਫਿਰ ਗੱਲ ਵੀ ਬਣਦੀ ਆ। ਆਪਾਂ ਇੱਕੋ ਦਮ ਹੁਣ ਦੇਖ ਲਈ ਭਾਈ, ਜੇ ਨਿਹੰਗਾ ਸਿੰਘਾਂ ਦੇ ਨਾਲ ਇੱਕ ਕੁੜੀ ਆ ਜੀ, ਉਹਦਾ ਹੱਥ ਫੜਿਆ ਹੋਇਆ ਵਾ, ਆਪਾਂ ਛੇਤੀ ਸ਼ੇਅਰ ਕਰਕੇ ਉੱਤੇ ਲਿਖਤਾ ਜੀ ਇਹ ਸਿੱਖੀ ਦੇ ਖਿਲਾਫ਼ ਹੋ ਰਿਹਾ, ਨਿਹੰਗਾ ਸਿੰਘਾਂ ਨੂੰ ਇਹ ਕਰਨਾ ਨਹੀਂ ਚਾਹੀਦਾ, ਉਹ ਬਹੁਤ ਗਲਤ ਗੱਲ ਆ। ਆਪਾਂ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ, ਆਪਾਂ ਨੌਜਵਾਨ ਵਰਗ ਦੇ ਲੋਕ ਹਾਂ, ਕਿ ਆਪਣੀ ਜ਼ਿੰਮੇਵਾਰੀ ਕੀ ਬਣਦੀ ਆ ਨੌਜਵਾਨ ਹੋਣ ਦੇ ਨਾਤੇ। ਕਿਉਂਕਿ ਜੇ ਆਪਣੀ ਇਹ ਪੀੜ੍ਹੀ ਖਰਾਬ ਹੋ ਗਈ ਨਾ, ਜਿਹੜੀ ਆਪਣੀ ਹੁਣ ਆਵਲੀ ਜਨਰੇਸ਼ਨ ਹੈ ਇਹ ਖਰਾਬ ਹੋ ਗਈ, ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੇ ਆਪਣੇ ਤਾਂ ਹੀ ਦੇਖਣਾ ਕਿ ਭਾਈ ਜਿਹੜੀ ਪੁਰਾਣੀ ਜਨਰੇਸ਼ਨ ਆ ਉਹ ਆਪਾਂ ਨੂੰ ਕੀ ਦੇ ਕੇ ਗਈ ਆ। ਜੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਆਪਾਂ ਇਹ ਦੇ ਕੇ ਜਾਵਾਂਗੇ ਨਾ, ਗੈਰ ਜ਼ਿੰਮੇਦਾਰਾਨਾ ਗੱਲਾਂ ਕਰਕੇ ਜਾਵਾਂਗੇ, ਤਾਂ ਉਹਨਾਂ ਨੇ ਵੀ ਉਹੀ ਫੋਲੋ ਕਰਨੀਆਂ ਵਾ। ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਆਪਾਂ ਉਹਨਾਂ ਨੂੰ ਉਹ ਚੀਜ਼ਾਂ ਦੇ ਕੇ ਜਾਈਏ ਜਿਹੜੀਆਂ ਸਿੱਖੀ ਸਿਧਾਂਤਾਂ ਦੇ ਅਨੁਕੂਲ ਹੋਣ, ਅਤੇ ਕੋਈ ਇਹੋ ਜਿਹੀ ਚੀਜ਼ ਨਾ ਹੋਵੇ ਜਿਹੜੀ ਇੱਕ ਗਲਤ ਮੈਸੇਜ ਸੈਂਡ ਕਰਦੀ ਹੋਵੇ, ਜਿਵੇਂ ਕਿ ਇੱਕ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਨਾ ਜਾਂ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ, ਇਹੋ ਹੀ ਚੀਜ਼ ਨਹੀਂ ਹੋਣੀ ਚਾਹੀਦੀ। ਆਪਾਂ ਹੁਣ ਜਦੋਂ ਗੱਲ ਕਰਦੇ ਹਾਂ ਕਿ ਭਾਈ ਸਿੱਖਾਂ ਦੇ ਆ ਸਿਧਾਂਤ ਕੀ ਆ, ਸਿੱਖੀ ਕੀ ਆ, ਜਿਹੜੀਆਂ ਸਿੰਘ ਸਭਾਵਾਂ ਹੋਈਆਂ ਵਾ ਉਹ 'ਚ ਗਿਆਨੀ ਜੱਤ ਸਿੰਘ ਜੀ ਹੋਏ ਆ, ਭਾਈ ਕਾਹਨ ਸਿੰਘ ਨਾਭਾ ਹੋਏ ਆ, ਭਾਈ ਰਣਧੀਰ ਸਿੰਘ ਹੋਏ ਆ, ਭਾਈ ਵੀਰ ਸਿੰਘ ਹੋਏ ਆ, ਹੋਰ ਜਿੰਨੇ ਵੀ ਗੁਰਮੁਖ ਸੱਜਣ ਸੀਗੇ, ਆਪਾਂ ਹਮੇਸ਼ਾ ਇਹਨਾਂ ਦੀਆਂ ਲਿਖਤਾਂ ਵੱਲ ਦੇਖਦੇ ਹਾਂ। ਉਵੇਂ ਆਪਾਂ ਕੋਈ ਇਹੋ ਜਿਹਾ ਕੰਮ ਕਰੀਏ ਕਿ ਕੱਲ੍ਹ ਨੂੰ ਜਿਹੜੀ ਜਨਰੇਸ਼ਨ ਆਉਂਦੀ ਆ, ਆਪਣਾ ਜਿਹੜਾ ਲਿਖਿਆ ਹੋਇਆ ਸਾਹਿਤ ਹੈ ਇਸ ਸਮੇਂ ਦਾ, ਉਹ 'ਤੇ ਵੀ ਨਜ਼ਰ ਮਾਰੇ। ਐਂ ਨਾ ਕਹੇ ਕਿ ਭਾਈ ਜਿਹੜਾ ਹੁਣ ਵਾਲਾ ਸਾਹਿਤ ਆਪਣਾ 21ਵੀਂ ਸਦੀ ਦਾ ਜਾਂ 21ਵੀਂ ਸਦੀ ਦੇ ਸ਼ੁਰੂਆਤ ਦਾ, ਇਹ 'ਚ ਤਾਂ ਕੁਛ ਨਹੀਂ ਹੈਗਾ। 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਹੀ ਆਪਣੇ ਕੋਲ ਬਹੁਤ ਵਧੀਆ ਚੀਜ਼ਾਂ ਸੀ, ਹੁਣ ਸਭ ਕੁਛ ਮੁੱਕੀਆਂ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸੋ ਥੋੜ੍ਹਾ ਜਿਹਾ ਧਿਆਨ ਦੇਵੋ ਨੌਜਵਾਨੋਂ, ਕਿਉਂਕਿ ਆਪਣੀ ਬਹੁਤ ਜ਼ਿਆਦਾ ਰਿਸਪੋਂਸੀਬਿਲਟੀ ਬਣਦੀ ਆ ਕਿ ਆਪਾਂ ਜਿਹੜੀ ਸਿੱਖਾਂ 'ਤੇ ਹਮਲੇ ਹੋ ਰਹੇ ਆ ਨਾ, ਚਾਹੇ ਉਹ ਸਿਧਾਂਤਕ ਹੋਣ ਚਾਹੇ ਉਹ ਸਰੀਰਕ ਤੌਰ 'ਤੇ ਹੋਣ, ਆਪਾਂ ਨੂੰ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਵਾ, ਅਤੇ ਆਪਾਂ ਨੂੰ ਡਟ ਕੇ ਉੱਤਰ ਦੇਣਾ ਚਾਹੀਦਾ। ਜੇ ਆਪਾਂ ਉਹਦੇ ਉੱਤਰ ਨਹੀਂ ਨਾ ਦਿੰਦੇ, ਤਾਂ ਕਈ ਲੋਕਾਂ ਨੂੰ ਭਰਮ ਇਹ ਪੈ ਜਾਂਦਾ ਵਾ ਕਿ ਜੀ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਸਹੀ ਕਰ ਰਹੇ ਹਾਂ ਅਤੇ ਅਸੀਂ ਸਹੀ ਹਾਂ। ਇਸ ਕਰਕੇ ਉੱਤਰ ਦੇਣੇ ਬਣਦੇ ਆ, ਪਰ ਐਂ ਵੀ ਨਾ ਹੋਵੇ ਕਿ ਉੱਤਰ ਦਿੰਦੇ ਦਿੰਦੇ ਆਪਾਂ ਆਪਣਾ ਸਾਰਾ ਸਮਾਂ ਹੀ ਉੱਧਰ ਗਵਾ ਦਈਏ ਅਤੇ ਜਿਹੜਾ ਨਾਮ ਸਿਮਰਨ ਉਹਦੇ ਵੱਲ ਧਿਆਨ ਹੀ ਨਾ ਦਈਏ। ਇਹ ਥੋੜ੍ਹਾ ਜਿਹਾ ਧਿਆਨ ਰੱਖਣਾ ਆਪਾਂ। ਜਿਹੜਾ ਚੌਥਾ ਪੁਆਇੰਟ ਆ ਜੀ, ਉਹ ਮੈਂ ਇਹ ਡਿਸਕਸ ਕਰਨਾ ਚਾਹੁੰਦਾ ਕਿ ਮੈਂ ਕੁਛ ਸਮੇਂ ਤੋਂ ਦੇਖਿਆ ਕਿ ਜਿਹੜੀਆਂ ਸਿੰਘਣੀਆਂ ਵਾ ਉਹ ਵੀ ਪ੍ਰਚਾਰ ਲਈ ਅੱਗੇ ਆ ਰਹੀਆਂ। ਇਹ ਮੈਨੂੰ ਬਹੁਤ ਹੀ ਵਧੀਆ ਗੱਲ ਲੱਗੀ ਕਿ ਮੈਕਸੀਮ ਜਿਹੜੇ ਮੈਂ ਦੇਖੇ ਪ੍ਰਚਾਰਕ ਉਹ ਸਿੰਘ ਹੀ ਦੇਖੇ ਆ, ਪਰ ਜਿਹੜੀਆਂ ਸਿੰਘਣੀਆਂ ਵਾ ਉਹ ਵੀ ਅੱਗੇ ਆ ਕੇ ਆਪਣੇ ਵਿਚਾਰ ਰੱਖ ਰਹੀਆਂ ਵਾ। ਪਰ ਦੂਜੀ ਗੱਲ ਜਿਹੜੀ ਮੈਨੂੰ ਲੱਗੀ ਉਹ ਥੋੜ੍ਹੀ ਜਿਹੀ ਠੇਸ ਪਹੁੰਚਾਉਣ ਵਾਲੀ ਸੀ, ਉਹ ਇਹ ਮਰਦ ਤਾਂ ਹੈਗੇ ਹੀ ਹੈਗੇ ਆ ਕਈ ਇਹੋ ਜਿਹੜੇ ਸਿੱਖ ਸਿਧਾਂਤਾਂ ਦੇ ਵਿਰੁੱਧ ਗੱਲਾਂ ਕਰਦੇ ਆ, ਪਰ ਜਿਹੜੀਆਂ ਸਿੰਘਣੀਆਂ ਵਾ ਜਾਂ ਫਿਰ ਜਿਹੜੀਆਂ ਔਰਤਾਂ ਕਹਿ ਲਓ, ਉਹਨਾਂ ਨੇ ਵੀ ਗਲਤ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਹੁਣ ਕਈ ਇਹੋ ਜਿਹੀਆਂ ਹੈਗੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਕਈ ਇਹੋ ਜਿਹੇ ਔਰਤਾਂ ਹੈਗੀਆਂ ਵਾ ਸਿੱਖ ਪੰਥ ਦੇ ਵਿੱਚ ਜਿਹੜੇ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਗੱਲਾਂ ਕਰੀ ਜਾਂਦੀਆਂ, ਜਿਹੜੀਆਂ ਇਹ ਕਹਿ ਰਹੀਆਂ ਕਿ ਭਾਈ ਇਹ KPS ਗੱਲ ਸੀਗਾ, ਇਹ ਵਧੀਆ ਬੰਦਾ ਸੀਗਾ, ਜਾਂ ਫਿਰ ਇਹ ਤੁਹਾਡੇ ਕੰਮ ਕੀਤੇ ਹੋਏ ਆ ਜੀ ਜਿਹੜੇ ਸਿੰਘ ਜਾਂ ਟਕਸਾਲ ਦੇ ਜਿਹੜੇ ਖਿਲਾਫ਼ ਲੋਕ ਆ, ਕਿ ਤੁਹਾਡੀ ਕੀਤੇ ਹੋਏ ਆ ਕਿ ਜਿਹੜੀ ਨੌਜਵਾਨ ਪੀੜ੍ਹੀ ਇੰਨੀ ਰੋਲਤੀ, ਕਿੰਨੀ ਗਲਤ ਗੱਲ ਆ। ਜਿਹੜੀ ਆਪਾਂ ਨੂੰ ਚੀਜ਼ ਕਰਨੀ ਚਾਹੀਦੀ ਸੀ ਕਿ ਆਪਾਂ ਸ਼ਹੀਦਾਂ ਦਾ ਸਤਿਕਾਰ ਕਰੀਏ, ਉਹ ਗੱਲ ਨੂੰ ਛੱਡ ਕੇ ਆਪਾਂ ਹੋਰ ਹੀ ਪਾਸੇ ਪੈ ਗਏ ਹਾਂ। ਥੋੜ੍ਹਾ ਜਿਹਾ ਸੋਚਣਾ ਪੈਣਾ ਆਪਾਂ ਸਾਰਿਆਂ ਨੂੰ ਰਲ ਮਿਲ ਕੇ, ਇਹ ਇਕੱਲਾ ਮੈਂ ਨਹੀਂ ਸੋਚਣਾ ਜਾਂ ਕਿਸੇ ਇੱਕ ਇਨਸਾਨ ਨੇ ਨਹੀਂ ਸੋਚਣਾ, ਜਿੰਨੀ ਵੀ ਆਪਣੀ ਨੌਜਵਾਨ ਪੀੜ੍ਹੀ ਆ ਆਪਾਂ ਸਾਰਿਆਂ ਨੇ ਸੋਚਣਾ ਵਾ ਕਿ ਆਪਾਂ ਕਿੱਧਰ ਨੂੰ ਜਾ ਰਹੇ ਹਾਂ। ਜਿਹੜੀਆਂ ਸਿੰਘਣੀਆਂ ਉਹ ਜ਼ਰੂਰ ਅੱਗੇ ਆਓ, ਕਿਉਂਕਿ ਪ੍ਰਚਾਰ ਤੁਸੀਂ ਵੀ ਕਰਨਾ ਵਾ। ਇੱਕ ਮੈਂ ਹੋਰ ਕਿਤਾਬ ਪੜ੍ਹਦਾ ਪਿਆ ਸੀ, ਉਹ 'ਚ ਕਿਸੇ ਨੇ ਇਹ ਲਿਖਿਆ, ਇੱਕ ਲੇਡੀ ਨੇ, ਹੈ ਤਾਂ ਉਹ ਸਿੱਖ ਪਰਿਵਾਰ ਦੇ ਵਿੱਚ ਜਨਮੀ, ਉਹਨੇ ਲਿਖਿਆ ਕਿ ਜੀ ਜਿਹੜੀਆਂ ਇਤਿਹਾਸਿਕ ਲਿਖਤਾਂ ਵਾ, ਚਾਹੇ ਉਹ ਸੂਰਜ ਪ੍ਰਕਾਸ਼ ਹੋਵੇ, ਪੰਥ ਪ੍ਰਕਾਸ਼ ਹੋਵੇ, ਪੁਰਾਤਨ ਪੰਥ ਪ੍ਰਕਾਸ਼ ਹੋਵੇ, ਬੰਸਾਵਲੀ ਨਾਮਾ ਹੋਵੇ, ਗੁਰਸੋਭਾ ਗ੍ਰੰਥ ਹੋਵੇ, ਜਿੰਨੇ ਵੀ ਇਹ ਗ੍ਰੰਥ ਆ ਇਹ ਸਾਰੇ ਮਰਦਾਂ ਨੇ ਲਿਖੀ ਆ। ਇਸ ਕਰਕੇ ਮਰਦ ਦੀ ਪ੍ਰਧਾਨਗੀ ਦਿਖਾਈ ਗਈ ਹੈ ਸਮਾਜ ਦੇ ਵਿੱਚ। ਹੁਣ ਜਿਵੇਂ ਇਹ ਕਿਹਾ ਜਾਂਦਾ ਵਾ ਕਿ ਜੀ ਪੰਜ ਪਿਆਰਿਆਂ ਦੇ ਵਿੱਚ ਔਰਤਾਂ ਨੂੰ ਨਹੀਂ ਲਾਉਣਾ, ਉਹ ਕਹਿੰਦੀ ਕਿ ਕੀ ਪਤਾ ਔਰਤਾਂ ਲੱਗੀਆਂ ਹੋਣ ਇਸ ਜਿਹੜੇ ਮਰਦਾਂ ਨੇ ਗ੍ਰੰਥ ਲਿਖੇ ਆ,
ਉਹਨਾਂ ਜਿਨ੍ਹਾਂ ਨੇ ਲਿਖਤਾ ਹੋਵੇ ਕਿ ਭਾਈ ਔਰਤਾਂ ਨਹੀਂ ਲੱਗੀਆਂ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਵਾ। ਹੁਣ ਜਿਹੜਾ ਮੌਕਾ ਵਾ, ਉੱਥੇ ਪਹਿਲੀ ਗੱਲ ਇਹ ਕਿਸੇ ਨੇ ਹੱਥ ਫੜਿਆ ਨਹੀਂ ਸੀਗਾ ਕਿ ਭਾਈ ਤੁਸੀਂ ਇਤਿਹਾਸ ਨਾ ਲਿਖੋ, ਔਰਤਾਂ ਨੂੰ ਕਿਹਾ ਹੋਵੇ ਇਤਿਹਾਸ ਨਹੀਂ ਲਿਖਣਾ ਔਰਤਾਂ ਨੇ। ਅਤੇ ਜਿਹੜਾ ਹੁਣ ਇਤਿਹਾਸ ਹੁਣ ਤੁਹਾਡੇ ਕੋਲ ਜਿਹੜਾ ਮੌਕਾ ਵਾ ਇਹ ਸਾਬਤ ਕਰਨ ਦਾ ਕਿ ਅਸੀਂ ਵੀ ਘੱਟ ਨਹੀਂ ਹੈਗੀਆਂ। ਜਿਹੜੀ ਮੈਂ ਐਗਜ਼ਾਮਪਲ ਦੇ ਸਕਦਾ ਇਸ ਮੌਕੇ ਉਹ ਹੈਗੀ ਆ ਡਾਕਟਰ ਮਹਿੰਦਰ ਕੌਰ ਗਿੱਲ ਹੋਣਾ ਦੀ। ਉਹਨਾਂ ਨੇ ਜਿਹੜੇ ਵਿਚਾਰ ਰੱਖੇ ਸੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਉਹ ਕਾਬਲੇ ਤਾਰੀਫ ਆ। ਬਹੁਤ ਹੀ ਸੁਹਿਰਦਤਾ ਨਾਲ ਉਹਨਾਂ ਨੇ ਉੱਤਰ ਦਿੱਤੇ ਆ ਜਿਹੜੇ ਪ੍ਰੈਸ਼ਨ ਸੀਗੇ ਜਾਂ ਜਿਹੜੇ ਡਾਊਟ ਸੀਗੇ। ਇਹੋ ਜਿਹੇ ਲੋਕ ਜਿਹੜੇ ਆ ਨਾ, ਇਹੋ ਜਿਹੇ ਲੋਕਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਿੱਖ ਪੰਥ ਦੇ ਵਿੱਚ। ਇਹੋ ਜਿਹੇ ਲੋਕਾਂ ਦੀ ਜ਼ਰੂਰਤ ਨਹੀਂ ਜਿਹੜੇ ਸ਼ੰਕਾ ਪਾ ਰਹੇ ਹੋਣ, ਜਿਹੜੇ ਸ਼ਹੀਦੀਆਂ ਨੂੰ ਬਦਨਾਮ ਕਰ ਰਹੇ ਹੋਣ, ਇਹੋ ਜਿਹੇ ਲੋਕਾਂ ਦੀ ਜ਼ਰੂਰਤ ਨਹੀਂ ਹੈਗੀ। ਇਹ ਤਾਂ ਫਿਰ ਉਹ ਵੀ ਪੈਸੇ ਦੇ ਕੇ ਦਲਾਲੀ ਕਰਨ ਵਾਲੀ ਗੱਲ ਆ, ਜੇ ਹੁਣ ਮੈਂ ਸਿੱਧੇ ਤਰੀਕੇ ਨਾਲ ਕਹਾਂ ਤਾਂ ਕਿ ਪੈਸੇ ਮਿਲ ਰਹੇ ਆ, ਮੂੰਹ ਖੋਲ ਤਾਂ ਆਪਾਂ ਕੁਛ ਵੀ ਆਇਆ ਜਿਹੜਾ ਉਹ ਬਕੀ ਜਾਂਦੇ ਹਾਂ। ਥੋੜ੍ਹਾ ਜਿਹਾ ਸੋਚੋ, ਬਹਿ ਕੇ ਵਿਚਾਰੋ ਕਿ ਆਪਾਂ ਕਿੱਥੇ ਖੜੇ ਹਾਂ, ਕੀ ਕੁਛ ਹੋ ਰਿਹਾ ਵਾ ਆਪਣੇ ਨਾਲ, ਅਤੇ ਆਪਾਂ ਉਸਨੂੰ ਕਿਸ ਤਰੀਕੇ ਨਾਲ ਦੇਖਣਾ ਵਾ, ਕਿਸ ਤਰੀਕੇ ਨਾਲ ਸਮਝਣਾ ਵਾ, ਅਤੇ ਜਿਹੜੀਆਂ ਪ੍ਰੋਬਲਮਾਂ ਵਾ ਉਹਨਾਂ ਨੂੰ ਨਜਿੱਠਣਾ ਕਿਸ ਤਰੀਕੇ ਨਾਲ ਆ। ਇਹ ਕੁਛ ਕੁ ਜਿਹੜੇ ਵਿਚਾਰ ਸੀਗੇ ਜੀ ਮੈਂ ਦੇਖੇ ਸੀ, ਤਿੰਨ ਚਾਰ ਚੀਜ਼ਾਂ ਮੈਂ ਸੋਚਿਆ ਕਿ ਤੁਹਾਡੇ ਸਾਹਮਣੇ ਰੱਖਾਂ। ਥੋੜ੍ਹਾ ਜਿਹਾ ਧਿਆਨ ਦਿਓ ਨੌਜਵਾਨ ਨੂੰ, ਮੈਂ ਅਖੀਰ 'ਤੇ ਫਿਰ ਇਹੀ ਕਹੂੰਗਾ ਕਿ ਕਿਉਂਕਿ ਤੁਸੀਂ ਉਹ ਲੋਕ ਆ ਜਿਨ੍ਹਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਦੇਣਾ ਵਾ ਕੁਛ। ਜੇ ਆਪਣੇ ਹੱਥ ਖਾਲੀ ਹੋਏ ਨਾ, ਆਪਾਂ ਉਹਨਾਂ ਨੂੰ ਕੁਛ ਨਹੀਂ ਦੇ ਸਕਾਂਗੇ। ਜੇ ਆਪਣੇ ਹੱਥ ਭਰੇ ਹੋਏ ਹੋਏ, ਫਿਰ ਆਪਾਂ ਉਹਨਾਂ ਨੂੰ ਕੁਛ ਦੇ ਸਕਾਂਗੇ। ਇੰਨੀ ਜਿਹੜੀ ਵਿਚਾਰ ਆ ਜੀ ਉਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।